ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕਵਕ ਮੰਨਿਆ ਪਰਮੰਨਿਅ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੰਵਿਧਾਨ ਦੇ ਮਸੌਦੇ ਸੁਤੰਤਰਤਾ ਸਿਨਾਨੀ ਬੀਰੇਂਦਰਨਾਥ ਦਤ ਗੁਪਤ ਸ਼ੁਕਰਚੰਦ ਮਹਿਪਾਲ ਸਿੰਘ ਅਤੇ ਸੁਪਲੂਲ ਦੂਬੇ ਬਾਰੇ ਜਾਣਕਾਰੀ ਦੇ ਰਹੇ ਹਾਂ 2 ਫਰਵਰੀ 1948 ਨੂੰ ਭਾਰਤ ਦਾ ਸੰਵਿਧਾਨ ਤਿਆਰ ਕਰਨ ਲਈ ਕਟਿਤ ਕਮੇਟੀ ਨੇ ਸੰਵਿਧਾਨ ਸਭਾ ਦੇ ਮੁਖੀ ਨੂੰ ਸੰਵਿਧਾਨ ਦਾ ਮਸੌਦਾ ਸੌਂਪਿਆ ਸੀ ਕਮੇਟੀ ਨੂੰ ਇਹ ਮਸੌਦਾ 4 ਮਹੀਨੇ ਪਹਿਲਾਂ ਹੀ ਮਿਲ ਗਿਆ ਸੀ ਜਿਸ ਨੂੰ ਸਭਾ ਦੇ ਸੰਵਿਧਾਨਕ ਸਲਾਹਕਾਰ ਬੀ ਐਨ ਰਾਓ ਨੇ ਤਿਆਰ ਕੀਤਾ ਸੀ ਰਾਓ ਦੇ ਮਸੌਦੇ ਵਿੱਚ ਵਿਭਿੰਨ ਕਮੇਟੀਆਂ ਦੀ ਰਿਪੋਰਟ ਤੇ ਲਏ ਗਏ ਨਿਰਣੇ ਸ਼ਾਮਲ ਕੀਤੇ ਗਏ ਸਨ ਇਨ੍ਹਾਂ ਕਮੇਟੀਆਂ ਨੂੰ ਸੰਵਿਧਾਨ ਦੇ ਵਿਸ਼ਿਸ਼ਟ ਪਾਗਾਂ ਦੇ ਬਾਰੇ ਵਿੱਚ ਤਿਆਰ ਕੀਤੇ ਗਏ ਸੰਵਿਧਾਨਕ ਪ੍ਰਬੰਧਾਂ ਤੇ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਮਸੌਦਾ ਕਮੇਟੀ ਨੇ ਅਕਤੂਬਰ 1947 ਤੋਂ ਫਰਵਰੀ 1948 ਦਰਮਿਆਨ ਰਾਉ ਦੇ ਮਸੌਦੇ ਦੀ छानबीन ਕੀਤੀ ਉਸ ਨੂੰ ਦਰੁਸਤ ਕੀਤਾ ਅਤੇ ਉਸ ਵਿੱਚ ਕੁਝ ਜੋੜਿਆ ਇਸ ਕ੍ਰਿਆ ਦੀ ਉਪਰੰਤ 1948 ਦਾ ਮਸੌਦਾ ਸਾਹਮਣੇ ਆਇਆ ਸੰਵਿਧਾਨ ਦੇ ਇਸ ਮਸੌਦੇ ਵਿੱਚ 315 ਧਾਰਾਵਾਂ ਸਨ ਜਿਨ੍ਹਾਂ ਨੂੰ ਲਗਭਗ 18 ਭਾਗਾਂ ਅਤੇ 8 ਅਨੁਸੂਚੀਆਂ ਵਿੱਚ ਵੰਡਿਆ ਗਿਆ ਸੀ ਇਸ ਵਿੱਚ ਸਰਕਾਰ ਦੀ ਸਰੰਚਨਾ ਅਧਿਕਾਰਾਂ ਅਤੇ ਕੇਂਦਰ ਰਾਜ ਸਬੰਧਾਂ ਸਮੇਤ ਵਿਭਿੰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਕੁਝ ਪ੍ਰਬੰਧਾਂ ਨੂੰ ਸਮਝਣ ਵਿੱਚ ਆਸਾਨੀ ਦੇ ਲਈ ਮਸੌਦਾ ਕਮੇਟੀ ਨੇ ਦਸਤਾਵੇਜ਼ ਵਿੱਚ ਵਿੱਚ ਫੁੱਟਨੋਟ ਅਤੇ ਸੰਖੇਪ ਵਿਆਖਿਆ ਵੀ ਸ਼ਾਮਲ ਕੀਤੀ ਸੰਵਿਧਾਨ ਦਾ ਉਹ ਮਸੌਦਾ ਭਾਰਤੀ ਸੰਵਿਧਾਨ ਦਾ ਪਹਿਲਾ ਖਾਕਾ ਸੀ ਜੋ ਜਨਤਕ ਰੂਪ ਵਿੱਚ ਉਪਲਬਧ ਸੀ ਸੁਝਾਅ ਲੈਣ ਲਈ ਸੰਵਿਧਾਨ ਸਭਾ ਦੇ ਮੈਂਬਰਾਂ ਪ੍ਰਾਂਤ ਸਰਕਾਰਾਂ ਕੇਂਦਰੀ ਮੰਤਰਾਲਿਆਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਅਤੇ ਆਮ ਜਨਤਾ ਦਰਮਿਆਨ ਮਸੌਦਾ ਦਾ ਵਿਆਪਕ ਪ੍ਰਚਾਰ ਪ੍ਰਸਾਰ ਕੀਤਾ ਗਿਆ ਮੈਂਬਰਾਂ ਤੇ ਭਾਰਤੀ ਜਨਤਾ ਦਰਮਿਆਨ ਸਲਾਹ مشورے ਅਤੇ ਆਮ ਸਹਿਮਤੀ ਲਈ ਇਸ ਲੋਕਤੰਤਰੀ ਪ੍ਰਕਿਰਿਆ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਬਣਾਉਣ ਵਿੱਚ ਸਹਾਇਤਾ ਮਿਲੀ ਅਤੇ ਇਹ ਹੈ ਭਾਰਤ ਦਾ ਸੰਵਿਧਾਨ ਅੱਜ ਅਸੀਂ ਸੁਤੰਤਰਤਾ ਸੈਨਾਨੀ ਬੀਰੇਂਦਰਨਾਥ ਦਤ ਗੁਪਤ ਨੂੰ ਵੀ ਯਾਦ ਕਰ ਰਹੇ ਹਾਂ ਜੋ 21 ਫਰਵਰੀ 1910 ਨੂੰ ਸ਼ਹੀਦ ਹੋ ਗਏ ਸਨ ਬੀਰੇਂਦਰਨਾਥ ਦਾ ਜਨਮ 1891 ਵਿੱਚ ਤਤਕਾਰੀ ਬੰਗਾਲ ਦੇ ਟਾਕਾ ਜ਼ਿਲ੍ਹੇ ਵਿੱਚ ਹੋਇਆ ਸੀ ਉਹ ਅਨੁਸ਼ੀਲਨ ਸਮਿਤੀ ਦੇ ਮੈਂਬਰ ਸਨ 1909 ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਬਾਗਾਚਾਦੀਨ ਅਤੇ ਅਸਤੀਸ਼ ਬੋਸ ਦੇ ਅਧੀਨ ਹਥਿਆਰਾਂ ਦੀ ਸਿਖਲਾਈ ਲੈਣ ਲਈ ਸੁੰਦਰਬਨ ਭੇਜਿਆ ਕਲਕੱਤਾ ਵਾਪਸ ਆ ਕੇ ਬੀਰਿੰਦਰਨਾਥ ਨੇ 24 ਜਨਵਰੀ 1910 ਨੂੰ ਕਲਕੱਤਾ ਹਾਈ ਕੋਰਟ ਦੇ ਗਲਿਆਰੀ ਵਿੱਚ ਡੀਐਸਪੀ ਖਾਨ ਬਹਾਦਰ ਸ਼ਮਸੂਲ ਆलम ਨੂੰ ਗੋਲੀ ਮਾਰੀ ਜੋ ਅਲੀਪੁਰ ਬੰਬ ਕੇਸ ਵਿੱਚ ਮੁੱਖ ਜਾਂਚ ਕਰਤਾ ਸੀ ਬੀਰਿੰਦਰਨਾਥ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ 21 ਫਰਵਰੀ 1910 ਨੂੰ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਬੀਰਿੰਦਰਨਾਥ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ ਸੀ ਮਹਾਨ ਸ਼ਹੀਦ ਨੂੰ ਕੋਟੀ ਕੋਟੀ ਨਮਨ ਅੱਜ ਅਸੀਂ ਸ਼ਹੀਦ ਸੁਕਰੂਚਨ ਨੂੰ ਸ਼ਰਧਾਂਜਲੀ ਪੇਂਟ ਕਰ ਰਹੇ ਹਾਂ ਉਈਕੀ ਫਰਵਰੀ 1947 ਨੂੰ ਸ਼ਹੀਦ ਹੋਏ ਸਨ ਵਰਤਮਾਨ ਬੰਗਲਾਦੇਸ਼ ਦੇ ਦਿਨਾਚਪੁਰ ਵਿੱਚ ਤੇਪਾਗਾ ਅੰਦੋਲਨ ਦੌਰਾਨ ਕਿਸਾਨ ਸਾਬਾ ਦੇ ਨੇਤਾ ਡੋਮਾ ਸਿੰਘ ਦੀਪਾਲ ਵਿੱਚ ਪੁਲਿਸ ਦੀ ਨਾਚਪੁਰ ਦੇ ਤੁਮਣੀਆ ਪਿੰਡ ਵਿੱਚ ਵੜ ਗਏ ਲੋਕ ਆਪਣੇ ਨੇਤਾ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਦੇ ਲਈ ਡੋਮਾ ਦੇ ਘਰ ਦੇ ਅੱਗੇ ਇਕੱਠੇ ਹੋ ਗਏ ਆਪਣੀ ਪਤਨੀ ਦੇ ਨਾਲ ਸੁਕਰਚੰਦ ਹੱਥ ਵਿੱਚ ਲਾਠੀ ਲੈ ਕੇ ਪੁਲਿਸ ਦੀ ਤਰਫ ਵਧੇ ਪੁਲਿਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੁਕਰਚੰਦ ਅਤੇ ਉਹਨਾਂ ਦੀ ਪਤਨੀ ਉੱਥੇ ਹੀ ਸ਼ਹੀਦ ਖੇ ਮਹਾਨ ਸ਼ਹੀਦਾਂ ਨੂੰ ਨਮਨ ਅੱਜ ਅਸੀਂ ਬਿਹਾਰ ਦੇ ਪਾਗਲਪੁਰ ਜ਼ਿਲ੍ਹੇ ਦੀ ਸੁਤੰਤਰਤਾ ਸੈਨਾਨੀ ਮਹੀਪਾਲ ਸਿੰਘ ਨੂੰ ਵੀਰ ਸ਼ਰਧਾਂਜਲੀ ਪੇਂਟ ਕਰ ਰਹੇ ਹਾਂ। ਉਹਨਾਂ ਨੇ 1930 ਦੇ ਸਿਵਲ ਨਾਫਰਮਾਨੀ ਅੰਦੋਲਨ ਵਿੱਚ ਕਿਰਿਆਸ਼ੀਲ ਰੂਪ ਵਿੱਚ ਭਾਗ ਲਿਆ ਸੀ। 15 ਫਰਵਰੀ 1932 ਨੂੰ ਝੰਡਾ ਸਤਿਆਗ੍ਰਹਿ ਦਿਵਸ ਮਨਾਉਣ ਦੇ ਲਈ ਮਹੀਪਾਲ ਦੇ ਨਾਲ ਤਕਰੀਬਨ 4000 ਲੋਕ ਤਾਰਾਪੁਰ ਪੁਲਿਸ ਥਾਣੇ ਕੋਲ ਇਕੱਠੇ ਹੋਏ। ਪੁਲਿਸ ਨੇ ਢੀੜ ਨੂੰ ਤਿੱਤਰ-ਬਿੱਤਰ ਹੋਣ ਦੀ ਚੇਤਾਵਨੀ ਦਿੱਤੀ ਅਤੇ ਅੰਨੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮਹੀਪਾਲ ਸਿੰਘ ਬੀ ਰੂਪ ਵਿੱਚ ਜ਼ਖਮੀ ਹੋਏ ਅਤੇ 21 ਫਰਵਰੀ 1932 ਨੂੰ ਸ਼ਹੀਦ ਹੋ ਗਏ ਭਾਰਤ ਮਾਦੀ ਮਹਾਨ ਸਪੂਤ ਨੂੰ ਕੋਟੀ ਕੋਟੀ ਨਮਨ ਅੱਜ ਅਸੀਂ ਸੁਪਲੂਲ ਦੂਬੇ ਨੂੰ ਯਾਦ ਕਰ ਰਹੇ ਹਾਂ ਜੋ 21 ਫਰਵਰੀ 1859 ਨੂੰ ਸ਼ਹੀਦ ਹੋ ਗਏ ਸਨ। ਮੁੰਬਈ ਪ੍ਰੈਜ਼ੀਡੈਂਸੀ ਦੇ ਨਿਵਾਸੀ ਸੁਪਲੂਲ ਬੰਬਈ ਵਿੱਚ ਬ੍ਰਿਟਿਸ਼ ਰੀਸਟ ਇੰਡੀਆ ਕੰਪਨੀ ਵਿੱਚ ਨੌਕਰੀ ਕਰਦੇ ਸਨ। ਪਰ 1875 ਦੀ ਸੁਤੰਤਰਤਾ ਸੰਗਰਾਮ ਦੌਰਾਨ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਉਹ ਕਈ ਵਾਰ ਕੰਪਨੀ ਫੌਜ ਦੇ ਵਿਰੁੱਧ ਲੜੇ ਪਰ ਆਖਰਕਾਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਫੜ ਲਿਆ। ਦੂਬੇ ਤੇ ਨੌਕਰੀ ਛੱਡ ਕੇ ਭੱਜਣ ਅਤੇ ਵਿਦਰੋਹ ਦੇ ਦੋਸ਼ ਲਾਇਗੇ। ਜੀਵਨ ਭਰ ਦੇਸ਼ ਨਿਕਾਲਾ ਕਿ ਉਹਨਾਂ ਨੂੰ April 1858 ਵਿੱਚ ਅੰਡੇ ਮਨਪੇਸ਼ਟਤਾ ਗਿਆ 1 ਜਨਵਰੀ 1859 ਨੂੰ ਦੂਬੇ ਸ਼ਹੀਦ ਹੋ ਗਏ ਮਹਾਨ ਸੁਤੰਤਰਤਾ ਸੈਨਾਨੀ ਸੁਪਲੂ ਦੂਬੇ ਨੂੰ ਸਦਾ ਨਮਨ